ਟੀਮ ਇੱਥੇ ਪਹੁੰਚ ਚੁੱਕੀ ਹੈ ਤਾਂ ਵੇਖ ਸਕਦੇ ਹੋ ਪਹਿਲੇ ਜਵਾਜ ਇੱਥੇ ਪਹੁੰਚ ਚੁੱਕੇ ਨੇ ਤਾਂ ਕੈਪਟਨ ਸਾਹਿਬ ਕਿਵੇਂ ਵੇਖਦੇ ਹੋ ਜੀ ਕਾਫੀ ਨਾਂ ਰੋਸ਼ਨ ਕੀਤਾ ਤਾਂ ਇਹ ਵੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਜੋ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਇਹ ਵੇਖ ਸਕਦੇ ਹੋ ਕਿ ਇੱਕ ਤਰਫਾ ਉਹਨਾਂ ਸਨਮਾਨਿਤ ਕੀਤਾ ਜਾ ਰਿਹਾ ਤੇ ਇੱਕ ਤਰਫਾ ਕੁਲਦੀਪ ਸਿੰਘ ਧਾਲੀਵਾਲ, ਦੂਜੇ ਤਰਫਾ ਗੁਰਜੀਤ ਸਿੰਘ ਗੋਇਲ ਆ ਤਾਂ ਹਰਪੈਨ ਸਿੰਘ ਈਟੋ ਵੀ ਨਾਲ ਮੌਜੂਦ ਨੇ ਤਾਂ ਇਹ ਸਨਮਾਨਿਤ ਭੇਟ ਹਰਮਨ ਦੋਨਾਂ ਨੂੰ ਇੱਥੇ ਕੀਤਾ ਜਾ ਰਿਹਾ ਤਾਂ ਇਹ ਖਾਸ ਤਸਵੀਰਾਂ ਤਾਂ ਹੋਰ ਵੀ ਖਿਡਾਰੀ ਇੱਥੇ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਅੱਜ ਇੱਥੇ ਪਹੁੰਚ ਕੇ ਕੀ ਕਹਿਣਾ ਕੀ ਮੰਨਣਾ, ਕਿਉਂਕਿ ਕਾਫੀ ਨਾਮ ਰੋਸ਼ਨ ਕਰਨ ਤੋਂ ਬਾਅਦ ਜਦੋਂ ਇੱਕ ਵਾਰ ਇੱਥੇ ਆਪਣੇ ਘਰ ਵਿਖੇ ਖਿਡਾਰੀ ਪਰਤਦਾ ਤਾਂ ਜੋ ਮਾਣ ਦੇ ਨਾਲ ਹੋਰ ਜ਼ਿਆਦਾ ਸੀਨਾ ਚੌੜਾ ਹੋ ਜਾਂਦਾ। ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਜੋ ਇੱਥੇ ਲਗਾਏ ਜਾ ਰਹੇ ਨੇ ਤਾਂ ਇਹ ਖਾਸ ਤਸਵੀਰਾਂ ਜੋ ਸਾਂਝੀਆਂ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਤਾਂ ਜੋ ਕੈਪਟਨ ਸਾਹਮਣੇ ਹਰਮਨ ਜੀ ਉਹਨਾਂ ਦੇ ਨਾਲ ਵੀ ਇਹ ਵੇਖ ਸਕਦੇ ਹੋ ਖੁਸ਼ੀ ਹੋ ਰਹੀ ਇੱਥੇ ਆ ਕੇ ਹਰਮਨ ਜੀ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜੀ? ਬਿਲਕੁਲ ਜੀ, ਬਹੁਤ ਵਧੀਆ ਲੱਗ ਰਿਹਾ ਜਦੋਂ ਵੀ ਮੈਡਲ ਜਿੱਤ ਕੇ ਆਪਣੀ ਧਰਤੀ ਤੇ ਆਈਦਾ ਤੇ ਪੰਜਾਬ ਵਾਸੀਆਂ ਵੱਲੋਂ ਹਮੇਸ਼ਾ ਬਹੁਤ ਪਿਆਰ ਮਿਲਿਆ ਸਾਨੂੰ ਤੇ ਬਹੁਤ ਵਧੀਆ ਲੱਗ ਰਿਹਾ, ਬਹੁਤ ਖੁਸ਼ ਹਾਂ ਜੀ। ਪਿੰਡ ਗਏ ਸੀ, ਸਕੂਲ ਨੂੰ ਵੀ ਤੁਹਾਡੇ ਨੂੰ ਬੜਾ ਮਾਣ ਫਕਰ ਹੈਗਾ ਕਿ ਸਾਡੇ ਹਰਮਨ ਜੋ ਹੈ ਨਾ ਦੇਸ਼ ਦਾ ਨਾਮ ਦੇਖ ਸਕਦੇ ਹੋ। ਹਰਮਨ ਦੇ ਪਿਤਾ ਜੀ ਜੋ ਇੱਥੇ ਪਹੁੰਚੇ ਨੇ ਤਾਂ ਇਹ ਤਸਵੀਰਾਂ ਠੀਕ ਠਾਕ ਜੀ, ਇਧਰ ਆਓ ਅੰਦਰ ਆਓ ਆਰਾਮ ਨਾਲ, ਬੇਟੇ ਨੂੰ ਮਿਲ ਕੇ ਬਹੁਤ ਹੀ ਮਿਹਰਬਾਨੀ, ਬਹੁਤ ਬਹੁਤ ਵਧਾਈਆਂ। ਦੇਖ ਸਕਦੇ ਹੋ ਕਿ ਆਪਣੇ ਪਿਤਾ ਜੀ ਨੂੰ ਗੱਲ ਲਾ ਕੇ ਬਹੁਤ ਹੀ ਭਾਵਕ ਹੋ ਰਹੇ ਨੇ ਤਾਂ ਇਹ ਤਸਵੀਰਾਂ ਦੇਖੋ ਜੀ, ਪਵਿੱਤਰ ਧਰਤੀ ਆ ਪੰਜਾਬ ਦੀ, ਬਹੁਤ ਮਾਣ ਵਾਲੀ ਗੱਲ ਆ ਕਿ ਆਪਣੇ ਮੁੰਡੇ ਇੱਥੋਂ ਜ਼ਿਆਦਾ ਤੋਂ ਜ਼ਿਆਦਾ ਮੁੰਡੇ ਸੀਗੇ ਆਪਣੇ ਤੇ ਸਾਰਿਆਂ ਨੇ ਬਹੁਤ ਵਧੀਆ ਗੇਮ ਵਿਖਾਈ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹ ਫਿਰ ਮੈਡਲ ਜਿੱਤਿਆ ਬੈਕ ਟੂ ਬੈਕ, ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ। ਜੀ ਬਿਲਕੁਲ ਬਿਲਕੁਲ ਜੀ, ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਜਦੋਂ ਵੀ ਅਸੀਂ ਮੈਚ ਖੇਡਣ ਗਏ ਹਾਂ ਜਾਂ ਕੋਈ ਵੱਡਾ ਟੂਰਨਾਮੈਂਟ ਖੇਡਣ ਗਏ ਹਾਂ ਕਿ ਜਦ ਵੀ ਗਰਾਊਂਡ 'ਚ ਜਾਈਏ ਵਧੀਆ ਪਰਫਾਰਮੈਂਸ ਕਰੀਏ, ਦੇਸ਼ ਲਈ ਮੈਡਲ ਲੈ ਕੇ ਆਈਏ, ਵਧੀਆ ਤੋਂ ਵਧੀਆ ਮੈਡਲ ਲੈ ਕੇ ਆਈਏ।
ਵੱਡੇ ਸਰਪੰਚ ਸਾਹਿਬ ਸਾਡੇ ਨਾਲ ਹੈ ਜੀ ਬਿਲਕੁਲ ਜੀ ਹਾਂਜੀ ਦੱਸ ਨਹੀਂ ਸਕਦੇ ਕੋ ਜਿੰਨੀ ਮਰ ਹੈ ਜੀ ਬਹੁਤ ਖੁਸ਼ ਦੇਖ ਸਕਦੇ ਹੋ ਕਿ ਸਾਰੀ ਟੀਮ ਇੱਥੇ ਮੌਜੂਦ ਹੈ ਤਾਂ ਕਪਤਾਨ ਹਰਮਨਪ੍ਰੀਤ ਹੋਣਾ ਦੀਆਂ ਵੀ ਅੱਖਾਂ ਭਾਵਕ ਨੇ ਤੇ ਉਹਨਾਂ ਦੇ ਪਿਤਾ ਜੀ ਜੋ ਨੇ ਉਹ ਵੀ ਕਾਫੀ ਭਾਵਕ ਨੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਉੱਥੇ ਹੀ ਮੈਂਬਰ ਪਾਰਲੀਮੈਂਟ ਉਹ ਵੀ ਇੱਥੇ ਮੌਜੂਦ ਨੇ ਤਾਂ ਜ਼ਰੂਰ ਖਿਡਾਰੀਆਂ ਦੇ ਨਾਲ ਬਾਕੀ ਖਿਡਾਰੀਆਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਅੱਜ ਦੇ ਦਿਨ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਕਿਉਂਕਿ ਕਾਫੀ ਉਤਸ਼ਾਹ ਉਹਨਾਂ ਨੂੰ ਲੈ ਕੇ ਜੋ ਕਾਫੀ ਉਤਸ਼ਾਹ ਗੁਰੂ ਨਗਰੀ ਦੇ ਲੋਕ ਪੰਜਾਬ ਦੇ ਜੋ ਲੋਕ ਹੈਗੇ ਨੇ ਵਾਸੀ ਹੈਗੇ ਨੇ ਪੰਜਾਬ ਵਾਸੀ ਉਹਨਾਂ ਦੇ ਮਨਾਂ 'ਚ ਹੈਗਾ ਤਾਂ ਇਹ ਵੀ ਵੇਖ ਸਕਦੇ ਹੋ ਕਿ ਹੋਰ ਵੀ ਖਿਡਾਰੀ ਜੋ ਸਾਡੇ ਨਾਲ ਮੌਜੂਦ ਨੇ ਤਾਂ ਇਹ ਵੇਖੋ ਸਨਮਾਨਿਤ ਹਰ ਇੱਕ ਨੂੰ ਸਨਮਾਨਿਤ ਕੀਤਾ ਗਿਆ ਜਿੰਨੇ ਵੀ ਖਿਡਾਰੀ ਸੀਗੇ ਸਭ ਨੂੰ ਸਨਮਾਨਿਤ ਇੱਥੇ ਕੀਤਾ ਗਿਆ ਤਾਂ ਇਹ ਵੇਖ ਸਕਦੇ ਹੋ ਕਿ ਅਹਿਮ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਕਿ ਕਿਸ ਪੱਧਰ ਤੇ ਜੋ ਟੀਮ ਇੱਥੇ ਪਹੁੰਚੀ ਹੈ ਤੇ ਕਿੰਨਾ ਜ਼ਿਆਦਾ ਉਤਸ਼ਾਹ ਇਸ ਟੀਮ ਨੂੰ ਲੈ ਕੇ ਅੱਜ ਜੋ ਹਰ ਇੱਕ ਪੋਲੀਟੀਕਲ ਲੀਡਰ ਜਾਂ ਫਿਰ ਜੋ ਪ੍ਰਸ਼ਾਸਨ ਦੀ ਗੱਲ ਕਰ ਲਈਏ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਤਾਂ ਇਹ ਵੇਖ ਸਕਦੇ ਹੋ ਕਿ ਕੁਛ ਹੋਰ ਖਿਡਾਰੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰ ਰਹੇ ਕਿੰਨਾ ਕੁ ਮਾਣ ਫਕਰ ਮਹਿਸੂਸ ਹੋ ਰਿਹਾ ਜੀ ਅੱਜ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਕੰਟਰੀ ਦੇ ਲਈ ਮੈਡਲ ਲੈ ਕੇ ਆਉਂਦੇ ਬਰਾਊਨ ਮੈਡਲ ਜੀ ਤਾਂ ਇਹ ਵੇਖ ਸਕਦੇ ਹੋ ਕਿ ਖਿਡਾਰੀਆਂ ਨੂੰ ਇਸ ਤਰੀਕੇ ਦੇ ਨਾਲ ਲੈ ਕੇ ਜਾ ਕੇ ਉੱਥੇ ਖਿਲਾਰ ਕੇ ਮਾਣ ਸਨਮਾਨ ਪੇਟ ਕੀਤਾ ਜਾ ਰਿਹਾ ਇਹ ਵੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਟੀਮ ਦਾ ਪੂਰਾ ਸਵਾਗਤ ਇੱਥੇ ਕੀਤਾ ਗਿਆ ਤਾਂ ਜੁਗਰਾਜ ਸਿੰਘ ਜੀ ਵੀ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਮੌਜੂਦ ਨੇ ਕਿਉਂਕਿ ਕਿਤੇ ਨਾ ਕਿਤੇ ਜੁਗਰਾਜ ਸਿੰਘ ਜੀ ਹੋਣਾ ਦੀ ਵੀ ਕਾਫੀ ਦੇਣ ਪੰਜਾਬ ਨੂੰ ਹੈਗੀ ਆ ਕਿਉਂਕਿ ਜੋ ਹਰਮਨਪ੍ਰੀਤ ਨੇ ਉਹਨਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਉਹਨਾਂ ਦੇ ਨਾਲ ਜ਼ਰੂਰ ਗੱਲ ਵੀ ਕਰਦੇ ਹਾਂ ਤਾਂ ਜੁਗਰਾਜ ਸਿੰਘ ਜੀ ਵੀ ਸਾਡੇ ਨਾਲ ਤਾਂ ਜੀ ਤਾਂ ਬਿਲਕੁਲ ਜੁਗਰਾਜ ਸਿੰਘ ਜੀ ਤਾਂ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਅੱਜ ਕੀ ਕਹਿਣਾ ਤਾਂ ਜੁਗਰਾਜ ਜੀ ਕਿਵੇਂ ਵੇਖਦੇ ਹੋ ਤੁਸੀਂ ਤੁਹਾਡੀ ਵੀ ਕਾਫੀ ਦੇਣ ਹੈਗੀ ਆ ਹਾਕੀ ਦੇਖੋ ਇਹ ਬੜੇ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਖਿਡਾਰੀ ਨੇ ਔਰ ਪੂਰੇ ਇੰਡੀਆ ਦੇ ਖਿਡਾਰੀ ਨੇ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੀ ਕਪਤਾਨ ਹਰਮਨਪ੍ਰੀਤ ਉਹਨਾਂ ਨੂੰ ਟ੍ਰੇਨਡ ਕਰਨ ਦੇ ਵਿੱਚ ਤੁਹਾਡਾ ਵੀ ਬੜਾ ਵੱਡਾ ਹੱਥ ਪਰਮਾਤਮਾ ਦੀ ਮੈਂ ਇਹ ਬਖਸ਼ਿਸ਼ ਸਮਝਦਾ ਕਿ ਮੇਰੇ ਸਿਰ ਤੇ ਮਿਹਰ ਭਰੇ ਹੱਥ ਰੱਖਿਆ ਤੇ ਗਾਂ ਅਸੀਂ ਖੁਸ਼ਕਿਸਮਤ ਆ ਕਿ ਇਹਨਾਂ ਬੱਚਿਆਂ ਨੂੰ ਅਸੀਂ ਟ੍ਰੇਨ ਕਰ ਸਕੇ ਔਰ ਅੱਗੇ ਵੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਕਰਦੇ ਰਹਿਣਾ ਪੰਜਾਬ ਦੇ ਜਿਹੜੇ ਨੌਜਵਾਨ ਨਸ਼ਿਆਂ 'ਚ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਅਸੀਂ ਇਹ ਕਹਿੰਦੇ ਹਾਂ ਵੀ ਸਪੋਰਟਸ ਵਾਲੇ ਪਾਸੇ ਆਓ ਤੇ ਖੇਡਾਂ ਨੂੰ ਅੱਗੇ ਵਧਾਓ ਤਾਂ ਜੀ ਬਿਲਕੁਲ ਇਹ ਤਸਵੀਰਾਂ ਇਹ ਵੇਖ ਸਕਦੇ ਹੋ ਤੁਸੀਂ ਇਹ ਵਿਸ਼ੇਸ਼ ਤਸਵੀਰਾਂ ਸਾਂਝੇ ਕੀਤੀਆਂ ਨੇ ਕਿ ਪੂਰੀ ਟੀਮ ਅੱਜ ਕਾਫੀ ਖੁਸ਼ ਹੈ ਤਾਂ
ਇਹ ਵੇਖ ਸਕਦੇ ਹੋ ਕਿ ਸਾਰੇ ਲੋਕ ਕੋਚ ਸਾਹਿਬ ਦੇ ਨਾਲ ਫੋਟੋ ਖਿਚਾ ਰਹੇ ਨੇ ਯੁਵਰਾਜ ਸਿੰਘ ਜੀ। ਤਾਂ ਇਹ ਵੇਖ ਸਕਦੇ ਹੋ ਤਾਂ ਹਰਮਨਪ੍ਰੀਤ ਜੀ ਕਿੰਨਾ ਕੁ ਵੱਡਾ ਹੱਥ ਯੁਵਰਾਜ ਜੀ ਦਾ ਹੈਗਾ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ? ਬਿਲਕੁਲ ਜੀ, ਮੇਰੇ ਸ਼ੁਰੂ ਤੋਂ ਆਈਡੀਅਲ ਰਹੇ ਨੇ, ਪਰ ਇਹ ਇਹਨਾਂ ਦੇ ਸੁਪਨੇ ਜਿਹੜੇ ਅਸੀਂ ਜੀ ਰਹੇ ਹਾਂ। ਅਤੇ ਸਾਨੂੰ ਬਹੁਤ ਮਾਣ ਹੈ ਕਿ ਮੇਰੇ ਵੱਡੇ ਭਰਾ ਨੇ ਅਤੇ ਮੈਡਲ ਇਹਨਾਂ ਲਈ ਵੀ ਲੈ ਕੇ ਆਇਆ। ਹਮੇਸ਼ਾ ਰਿਸਪੈਕਟ ਆ, ਬਹੁਤ ਪਿਆਰ ਇਹਨਾਂ ਲਈ। ਹਰ ਕਿਸੇ ਦਾ ਸੁਪਨਾ ਹੁੰਦਾ ਗਾਂ ਵਧਣ ਦਾ, ਤਾਂ ਜਿਸ ਤਰੀਕੇ ਨਾਲ ਤੁਹਾਨੂੰ ਤਾਂ ਸਪੋਰਟ ਹੀ ਬੜੀ ਵਧੀਆ। ਬਿਲਕੁਲ ਜੀ, ਕਿਤੇ ਗੁਰੂ ਵਧੀਆ ਹੋਵੇ ਤੇ ਚੇਲਾ ਕਿਉਂ ਨਾ ਵਧੀਆ ਹੋਵੇ। ਐਸਪੀ ਸਾਹਿਬ ਨੇ ਬੂਟਾ ਲਾਇਆ ਸੀ ਤੇ ਛਾਵੇਂ ਅੱਜ ਬਹਿ ਗਏ। ਇਹ ਐਸਪੀ ਸਾਹਿਬ ਦੀ ਦੇਣ ਹੈ, ਸਰਦਾਰ ਜਗਰਾਜ ਸਿੰਘ ਜੀ ਇਹਨਾਂ ਦੀ ਦੇਣ ਹੈ, ਇਹਨੂੰ ਇੱਥੋਂ ਤੱਕ ਖੜ ਦੀ ਖੁਸ਼ੀ ਬੜੀ ਆ, ਦੱਸ ਨਹੀਂ ਸਕਦੇ। ਬਹੁਤ ਖੁਸ਼ੀ ਹੈ ਤੁਹਾਡੇ ਭੈਣ ਭਰਾ ਦਾ ਸ਼ਰਨ ਆਸ਼ੀਰਵਾਦ। ਹੋਰ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਜਾਣ ਜਿਨ੍ਹਾਂ ਨਾਲ ਬੱਚਿਆਂ ਨੂੰ ਹੋਰ ਚਾਂਸ ਮਿਲੇ। ਜੀ ਮੰਗ, ਆਈ ਥਿੰਕ ਸਾਰਾ ਕੁਛ ਵਧੀਆ ਚੱਲ ਰਿਹਾ ਤੇ ਮੰਗ ਜ਼ਿਆਦਾ ਗਰਾਊਂਡਸ ਦੀ ਹੁੰਦੀ ਹੈ ਜੀ, ਜਿੰਨੀਆਂ ਗਰਾਊਂਡਸ ਆਉਣਗੀਆਂ ਬੱਚੇ ਹੋਰ ਪ੍ਰੈਕਟਿਸ ਕਰਨਗੇ ਆਈ ਥਿੰਕ। ਪਰ ਪਹਿਲਾਂ ਨਾਲੋਂ ਵੇਖਿਆ ਜਾਵੇ ਤਾਂ ਬਹੁਤ ਸਾਰੀਆਂ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਅਤੇ ਸਪੋਰਟਸ ਵੱਲ ਧਿਆਨ ਦਿੱਤਾ ਜਾ ਰਿਹਾ, ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਨੇ, ਸਾਰੀਆਂ ਗੇਮਾਂ ਦਾ ਧਿਆਨ ਰੱਖਿਆ ਜਾ ਰਿਹਾ। ਤਾਂ ਆਈ ਥਿੰਕ ਬਹੁਤ ਵੱਡੀ ਸ਼ੁਰੂਆਤ ਆ, ਬਹੁਤ ਵਧੀਆ ਚੱਲ ਰਿਹਾ। ਸਰ ਅਸੀਂ ਤਾਂ ਪੂਰੀ ਕੋਸ਼ਿਸ਼ ਹਾਂ ਜੀ, ਅਸੀਂ ਇਹ ਚੀਜ਼ ਨੂੰ ਖਤਮ ਕਰਕੇ ਛੱਡਾਂਗੇ, ਕਿਉਂਕਿ ਇੱਦਾਂ ਦੇ ਮੈਡਲ ਲੈ ਕੇ ਆਉਣਾ ਸਾਰੇ ਪੰਜਾਬ ਦੀ ਬਹੁਤ ਵਧੀਆ ਮੈਸੇਜ ਆ। ਅਤੇ ਮੈਂ ਉਮੀਦ ਕਰਦਾ ਕਿ ਜਿੰਨੇ ਯੰਗਸਟਰ ਸਾਨੂੰ ਦੇਖ ਰਹੇ ਆ ਇਸ ਰਾਹ 'ਤੇ ਚੱਲਣ, ਖੇਡਾਂ ਦੇ ਰਾਹ 'ਤੇ ਚੱਲਣ, ਪੜ੍ਹਾਈ ਦੇ ਰਾਹ 'ਤੇ ਚੱਲਣ, ਨਸ਼ਿਆਂ ਦੇ ਰਾਹ 'ਤੇ ਨਾ ਚੱਲਣ। ਵਿਖ ਤੇ ਜੀ ਜਿੰਨੇ ਸਾਡੇ ਮੇਜਰ ਟੂਰਨਾਮੈਂਟ ਹੈਗੇ ਹੁਣ, ਐਂਡ ਇਸ ਤੋਂ ਪਹਿਲਾਂ ਸਾਨੂੰ ਏਸ਼ੀਅਨ ਗੇਮਸ ਫਿਰ ਫੇਸ ਕਰਨੀਆਂ ਹੈ, ਕਾਮਨਵੈਲਥ ਵਰਲਡ ਕੱਪ, ਫਿਰ ਓਲੰਪਿਕ। ਆਈ ਥਿੰਕ ਅਸੀਂ ਰੈਡੀ ਹਾਂ, ਪਰ ਸਾਨੂੰ ਇਹ ਪਤਾ ਕਿ ਇੰਨਾ ਆਸਾਨ ਨਹੀਂ ਰਹਿਣਾ, ਪਰ ਅਸੀਂ ਹੋਰ ਮਿਹਨਤ ਕਰਾਂਗੇ ਜੋ ਕਿ ਇਸ ਤੋਂ ਵਧੀਆ ਕਰਕੇ ਰੱਖਣ। ਸਿਹਤ ਇਹ ਆ ਜੀ, ਆਪਣਾ ਮਿਹਨਤ 'ਤੇ ਯਕੀਨ ਰੱਖੋ, ਆਪਣੇ ਗੁਰੂ ਦੀ ਸੁਣੋ, ਅਤੇ ਇੱਕ ਜਿਹੜਾ ਤੁਸੀਂ ਗੋਲ ਆਪਣਾ ਧਾਰਿਆ ਹੋਇਆ ਉਹਨੂੰ ਲਗਨ ਦੇ ਨਾਲ ਆਪਣੀ ਮਿਹਨਤ ਕਰਦੇ ਰਹੋ, ਤੁਸੀਂ ਇੱਕ ਦਿਨ ਜ਼ਰੂਰ ਮੁਕਾਮ ਪਾਓਗੇ ਪੂਰਾ ਜੀ। ਚਲੋ ਜੀ, ਪਰਿਵਾਰ ਨੇ ਬੜਾ ਮਾਣ ਤੁਹਾਡੇ ਤੇ ਜਤਾਇਆ, ਕਿਹਾ ਗਿਆ ਕਿ ਤੁਹਾਡੇ ਵੱਲੋਂ ਬੂਟਾ ਲਗਾਇਆ ਗਿਆ ਸੀ ਤੇ ਅੱਜ ਬੂਟਾ ਜਿਹੜਾ ਦਰਖਤ ਬਣ ਕੇ ਛਾਂ ਦੇ ਰਿਹਾ। ਚਲੋ, ਅਸੀਂ ਖੁਸ਼ਕਿਸਮਤ ਆ ਜੀ, ਅਸੀਂ ਸਮਝਦੇ ਹਾਂ ਕਿ ਪਰਮਾਤਮਾ ਨੇ ਸਾਨੂੰ ਬਹੁਤ ਬਲ ਬਖਸ਼ਿਆ, ਬੜੀ ਚੜ੍ਹਦੀ ਕਲਾ 'ਚ ਰੱਖਿਆ, ਆਪਣਾ ਮਿਹਰ ਭਰੇ ਹੱਥ ਸਾਡੇ ਸਿਰ ਤੇ ਰੱਖਿਆ ਸ਼੍ਰੀ ਗੁਰੂ ਰਾਮਦਾਸ ਜੀ ਨੇ। ਇੱਦਾਂ ਦੇ ਛੋਟੇ ਭਰਾ ਤੇ ਇੱਦਾਂ ਦੇ ਕਪਤਾਨ ਭਾਰਤ ਨੂੰ ਮਿਲਦੇ ਰਹਿਣ ਤੇ ਹੋਰ ਵੱਧ ਤੋਂ ਵੱਧ ਮਿਹਨਤ ਕਰਨ, ਜ਼ਿਆਦਾ ਤੋਂ ਜ਼ਿਆਦਾ ਤਰੱਕੀ ਕਰਨ ਅਤੇ ਮੈਡਲ ਜਿੱਤ ਕੇ ਲਿਆਉਣ, ਅਗਲੀ ਵਾਰੀ ਗੋਲਡ ਮੈਡਲ ਜਿੱਤਣ, ਸਾਡੀਆਂ ਇਹੀ ਦੁਆਵਾਂ ਨੇ।